ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਤੈਨੂੰ ਹਰਾਤਾ ਲੋਕਾਂ ਨੇ ਪਹਿਲਾਂ ਤੈਨੂੰ ਹਰਾਇਆ ਤੇਰੇ ਪੁੱਤ ਦੀ ਲਾਸ਼ ਨੇ ਮਾਫੀ ਚਾਹੁੰਦਾ ਮੈਂ ਗੱਲਾਂ ਕੁਝ ਇਹੋ ਜਿਹੀਆਂ ਕਹਿਣ ਲੱਗਿਆ ਪਰ ਜਿਹੜੀ ਗੱਲ ਕਰੂੰਗਾ ਉਹ ਸੱਚਾਈ ਹੋਊਗੀ ਮੈਂ ਜਦੋਂ ਤੇਰੇ ਬੇਟੇ ਦੀ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਮੈਂ ਉਹਦਾ ਵੀਡੀਓ ਪਾ ਕੇ ਕਹਤਾ ਸੀ ਕਿ ਮੈਂ ਆਖਿਆ ਮਾਂ ਮੇਰੀਏ ਤੇਰੇ ਪੁੱਤ ਨੂੰ ਇਨਸਾਫ ਨਹੀਂ ਮਿਲਣਾ ਇੱਥੇ ਬੇਅਦਬੀਆਂ ਹੋਈਆਂ ਸੀ ਸਰਕਾਰਾਂ ਨੇ ਇੱਕ ਦੂਜੇ ਨੂੰ ਭੰਡਿਆ ਸੀਗਾ ਪਰ ਕਿਸੇ ਦਾ ਕਹਿ ਲਓ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਨਹੀਂ ਲੱਭੇ ਗਏ ਸੀ ਜਿਹੜੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਸੀ ਜਿਹੜੇ ਵਿਅਕਤੀ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਵਾ ਸਕੇ ਉਹ ਤੇਰੇ ਪੁੱਤ ਨੂੰ ਕਿੱਥੇ ਸਜ਼ਾ ਦਵਾਉਣਗੇ ਮੈਂ ਪਹਿਲਾਂ ਕਹਿਤਾ ਸੀ ਫਿਰ ਜਿਸ ਦਿਨ ਮੈਂ ਸਿੱਧੂ ਮੂਸੇਵਾਲੇ ਦੇ ਭੋਗ ਤੇ ਆਇਆ ਸੀ ਉਸ ਮਾਨਸੇ ਦੀ ਮੰਡੀ ਦੇ ਵਿੱਚ ਤੇ ਬੋਰਡ ਥੱਲੇ ਖੜ ਕੇ ਮੈਂ ਉਦੋਂ ਵੀ ਇਹੀ ਗੱਲਾਂ ਕਹਿੰਦਾ ਸੀ ਕਿ ਇੱਥੇ ਰਾਜਨੀਤੀ ਹੁੰਦੀ ਆ ਤੁਹਾਡੇ ਬੇਟੇ ਨੂੰ ਇਨਸਾਫ ਨਹੀਂ ਮਿਲਣਾ ਹੁਣ ਮੈਂ ਗੱਲ ਇੱਥੇ ਵੀ ਕਰ ਲੱਗਿਆ ਕਿ ਇੱਥੇ ਜਿਹੜੀ ਮੈਂ ਇੱਕ ਵੀਡੀਓ ਵੇਖ ਕੇ ਹਟਿਆ ਕਿਸੇ ਬਜ਼ੁਰਗ ਦੀ ਉਹਦੀਆਂ ਗੱਲਾਂ ਕੀ ਸੀ ਆਖੇ ਮੈਂ ਹੁਣ ਬਲਕੌਰ ਸਿੰਘ ਸਿੱਧੂ ਨੂੰ ਕਹਿਣਾ ਚਾਹੁੰਦਾ ਆਖੇ ਐ ਕਰ ਆਖੇ ਚੱਪੜੀ ਚ ਪਾ ਲਾ ਪਾਣੀ ਤੇ ਆਖੇ ਨੱਕ ਡੋਬ ਕੇ ਮਰ ਜਾ ਉਹਨੇ ਸਿੱਧੂ ਮੂਸੇਵਾਲੇ ਦੇ ਬਾਪ ਨੂੰ ਕਹੀ ਸੀ ਗੱਲ ਹੁਣ ਮੇਰੀਆਂ ਗੱਲਾਂ ਤੂੰ ਸੁਣ ਲਈ ਬਜ਼ੁਰਗਾ ਮੈਂ ਹੁਣ ਤੈਨੂੰ ਕਹਿੰਦਾ ਜੇਕਰ ਮਾੜੀ ਮੋਟੀ ਵੀ ਅਣਖ ਹੋਈ ਤਾਂ ਤੇਰੀ ਸਰਕਾਰ ਨੂੰ ਚਾਰ ਪੰਜ ਸਵਾਲ ਪੁੱਛ ਲਵੀ ਇਹ ਗੱਲ ਯਾਦ ਰੱਖੀ ਤੂੰ ਇਹ ਗੱਲ ਕਹੀ ਦੂਜੇ ਨੰਬਰ ਤੇ ਕਿ ਜਿਹੜਾ ਤੇਰਾ ਪੁੱਤ ਪੈਸਾ ਇਕੱਠਾ ਕਰਕੇ ਗਿਆ ਉਹਦੇ ਇੱਕ ਕੈਂਸਰ ਦਾ ਹਸਪੀਟਲ ਬਣਾ ਦੇ ਕੀ ਗੱਲ ਬਈ ਤੁਹਾਡੇ ਲੋਕਾਂ ਵਾਸਤੇ ਬਣਾਉਣਾ ਕੀ ਗੱਲ ਉਹਦਾ ਜਿਹੜਾ ਮੁੰਡਾ ਸੀਗਾ ਉਹ ਚੀਫ ਮਿਨਿਸਟਰ ਰਹਿ ਕੇ ਗਿਆ ਸੀ ਉਹ ਪ੍ਰਾਈਮ ਮਿਨਿਸਟਰ ਰਹਿ ਕੇ ਗਿਆ ਸੀ ਉਹ ਇੱਕ ਕਲਾਕਾਰ ਸੀ ਉਹਦਾ ਪੈਸਾ ਪਰਸਨਲੀ ਸੀ ਉਹਨੇ ਆਪ ਪੈਸਾ ਕਮਾਇਆ ਜਿਹੜਾ ਉਹਦਾ ਟੈਕਸ ਬਣਦਾ ਸੀ ਉਹ ਟੈਕਸ ਦਿੰਦਾ ਰਿਹਾ ਹੁਣ ਗੱਲ ਤਾਂ ਮੈਂ ਸ਼ੁਰੂ ਗਾਂ ਜਾ ਕੇ ਕਰਨੀ ਆ ਪਹਿਲਾਂ ਪੰਜਾਬ ਦੇ ਲੋਕੋ ਗੱਲ ਸਮਝ ਲਓ ਜੇ ਸਿੱਧੂ ਮੂਸੇਵਾਲੇ ਦੇ ਬਾਪ ਤੂੰ ਕਿਉਂ ਹਰਿਆ ਮੈਂ ਤੈਨੂੰ ਦੱਸਦਾ ਇਹ ਉਹ ਲੋਕ ਆ ਜਿਹੜੇ ਸ਼ਹੀਦਾਂ ਦਾ ਨਾਮ ਤਾਂ ਲੈਂਦੇ ਆ ਸ਼ਹੀਦਾਂ ਦੇ ਨਾਮ ਨੂੰ ਪ੍ਰਣਾਮ ਤਾਂ ਕਰਦੇ ਆ ਪਰ ਉਹਨਾਂ ਦੇ ਪਰਿਵਾਰਾਂ ਦਾ ਮੁੱਲ ਨਹੀਂ ਪਾਉਂਦੇ ਇਹ ਗੱਲ ਸੱਚਾਈ ਮੈਂ ਕਹਿੰਦਾ ਹੁੰਦਾ ਜਦੋਂ ਕਵਾਂ ਪਰ ਹੁਣ ਮੈਂ ਇੱਥੇ ਗੱਲ ਇਹ ਸ਼ੁਰੂ ਕਰ ਲੱਗਿਆ ਉਹ ਬਜ਼ੁਰਗ ਨੂੰ ਕਹਿ ਦੇਵਾਂ ਜਿਹੜਾ ਕੋਈ ਬਜ਼ੁਰਗ ਸੀਗਾ ਕਿਸੇ ਆਮ ਪਾਰਟੀ ਦਾ ਖਾਸ ਬੰਦਾ ਤੇ ਜਿਹੜਾ ਚੱਪਨ ਚ ਪਾਣੀ ਪਾ ਕੇ ਬਲਕੌਰ ਸਿੰਘ ਸਿੱਧੂ ਨੂੰ ਮਾਰੀ ਜਾਂਦਾ ਸੀ ਅੱਛਾ ਅੱਜ ਬਲਕੌਰ ਸਿੰਘ ਸਿੱਧੂ ਤਾਂ ਮਰ ਜਾਵੇ ਨੱਕ ਡੋਬ ਕੇ ਤੇਰੇ ਕਹਿਣ ਤੇ ਪਰ ਤੇਰੀ ਸਰਕਾਰ ਦਾ ਮੰਤਰੀ ਕਿਉਂ ਨੀ ਨੱਕ ਡੋਬ ਕੇ ਮਰਿਆ ਜਿੱਦੇ ਸਾਡੇ ਪੰਜਾਬ ਦੇ ਵਿੱਚ ਜਦੋਂ ਚਿੱਟੇ ਦੀਆਂ ਵੀਡੀਓ ਆਉਂਦੀਆਂ ਤੇ ਤੁਹਾਡੇ ਮੰਤਰੀ ਆਉਂਦੇ ਸੀ ਸਾਡੇ ਕੋਲ ਕਿਹੜਾ ਕੋਈ ਗਿੱਦੜ ਸਿੰਘ ਹੀ ਆ ਭਗਵੰਤ ਮਾਨ ਜੀ ਮੈਂ ਕੋਈ ਗੱਲ ਗਲਤ ਨਹੀਂ ਕਰ ਰਿਹਾ ਜੇਕਰ ਗੱਲ ਮੈਂ ਗਲਤ ਕਰ ਰਿਹਾ ਤਾਂ ਫਿਰ ਮੈਂ ਮਾਫੀ ਚਾਹੁੰਦਾ ਪਰ ਤੁਹਾਡਾ ਜਿਹੜਾ ਉਹ ਬਜ਼ੁਰਗ ਆ ਉਹ ਗੱਲਾਂ ਵੀ ਬਹੁਤ ਗਲਤ ਕਰ ਰਿਹਾ ਮੈਨੂੰ ਇਹ ਦੱਸੋ ਜਿਸ ਦਿਨ ਪੰਚਾਇਤਾਂ ਜਦੋਂ ਜੀਰਾ ਫੈਕਟਰੀ ਦੇ ਉੱਥੇ ਸਾਡੀਆਂ ਬੀਬੀਆਂ ਨੂੰ ਸਾਡੀਆਂ ਭੈਣਾਂ ਨੂੰ ਧੱਕੇ ਵੱਜੇ ਆ ਪਰਚੇ ਪਏ ਆ ਉੱਥੇ ਨੌਜਵਾਨਾਂ ਤੇ ਪਰਚੇ ਪਏ ਆ ਪਰਚੇ ਪੈਣ ਦੇ ਕਾਰਨ ਕਿੰਨਾ ਦੀਆਂ ਭਰਤੀਆਂ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਪੜ੍ਹਿਆ ਲਿਖਿਆ ਸਭ ਡਿਗਰੀਆਂ ਫੇਲ ਹੋ ਜਾਂਦੀਆਂ ਜਦੋਂ ਉਹਨਾਂ ਦੇ ਨਜਾਇਜ਼ ਡਾਂਗਾ ਪਈਆਂ ਆ ਜਿਹੜਾ ਅਮਨ ਅਰੋੜਾ ਸੀ ਇਹ ਕਹਿੰਦਾ ਸੀ ਜੀਰੇ ਵਾਲੇ ਗੈਰ ਕਾਨੂੰਨੀ ਧਰਨਾ ਲਾਈ ਬੈਠੇ ਆ ਭਾਈ ਸਾਹਿਬ ਇਹਨਾਂ ਨੂੰ ਤਾਂ ਕਿਸੇ ਨੇ ਚੱਪਨ ਚ ਪਾਣੀ ਪਾ ਕੇ ਨਹੀਂ ਦਿੱਤਾ ਅੱਜ ਤੂੰ ਬਲਕੌਰ ਸਿੰਘ ਸਿੱਧੂ ਨੂੰ ਚੱਪਨ ਚ ਪਾਣੀ ਪਾ ਕੇ ਦੇਈ ਜਾਂਦਾ ਬਾਬਾ ਗੱਲਾਂ ਧਿਆਨ ਨਾਲ ਸੁਣੇਗਾ ਕਿ ਛੱਡ ਗਿਆ ਵਿੱਚ ਹੀ ਮੈਂ ਕੀ ਕਹਿਣਾ ਬਾਬਾ ਛੱਡ ਗਿਆ ਇੱਥੇ ਗੱਲਾਂ ਕਿ ਕਰ ਗਿਆ ਆਪਾਂ ਗੱਲਾਂ ਇਹ ਬਾਬਾ ਪਾਰਟੀਆਂ ਨੇ ਕੁਛ ਨਹੀਂ ਦੇਣਾ ਮੈਨੂੰ ਤੁਸੀਂ ਇਹ ਗੱਲ ਦੱਸੋ ਕਿ ਅੱਜ ਜਦੋਂ ਇੱਥੇ ਵੱਡਾ ਟੁੱਕੀਆਂ ਚੱਲੀਆਂ ਜਦੋਂ ਉਂਗਲਾਂ ਲਾਈਆਂ ਗਈਆਂ ਮੈਨੂੰ ਤੁਸੀਂ ਉਦੋਂ ਗੱਲ ਦੱਸੋ ਜਦੋਂ ਵੀਡੀਓ ਸਾਹਮਣੇ ਆਈਆਂ ਉਦੋਂ ਤਾਂ ਕਿਸੇ ਮੰਤਰੀ ਨੂੰ ਤੂੰ ਆਖਿਆ ਨਹੀਂ ਵੀ ਬਈ ਚੱਪਨ ਪਾ ਲਓ ਤੁਸੀਂ ਜਿੱਦੇ ਆ ਜਲੰਧਰ ਦੇ ਵਿੱਚ ਤੇਰੀ ਸਰਕਾਰ ਨੇ ਲੋਕਾਂ ਦੇ ਮਕਾਨ ਢਵਾਏ ਆ ਉਹਨਾਂ ਦੇ ਬੱਚੇ ਠੰਡਾ ਚ ਮਰੇ ਆ ਤੇ ਗਰਮੀਆਂ ਦੇ ਵਿੱਚ ਸੜੇ ਆ ਉਦੋਂ ਤਾਂ ਤੂੰ ਨਹੀਂ ਕਿਹਾ ਵੀ ਚੱਕੋ ਚੱਪਣ ਪਾਓ ਪਾਣੀ ਮਰ ਜੇ ਸਰਕਾਰ ਉਦੋਂ ਤਾਂ ਕਿਹਾ ਨਹੀਂ ਉਦੇ ਬਾਬਾ ਤੇਰੀ ਇਹ ਜ਼ਬਾਨ ਕਿੱਥੇ ਸੀ ਸਾਨੂੰ ਦੱਸਤਾ ਦੇ ਯਾਰ ਪੁੱਛਣਾ ਚਾਹੁੰਦੇ ਤੇਰੇ ਕੋਲੋਂ ਪਰ ਮੈਂ ਇੱਥੇ ਗੱਲ ਇਹ ਕਹਿਣੀ ਚਾਹੁੰਦਾ ਕਿ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਉਹ ਬੰਦਾ ਜਿਹੜਾ ਜਿਹਦਾ ਭਾਈ ਸਾਹਿਬ ਮੈਂ ਫਿਰ ਤੋਂ ਗੱਲ ਕਹਿ ਰਿਹਾ ਸੱਚਾਈ ਕਹਿ ਰਿਹਾ
ਕਹਿੰਦਾ ਜਿਹਦਾ ਕੱਲਾ ਕੱਲਾ ਪੁੱਤ ਹੋਵੇ। ਆਪਾਂ ਤਾਂ ਸੁਣਦੇ ਸੀ ਗਾਣੇ ਕਿ ਮਾਂ ਮੈਨੂੰ ਲੱਗਦਾ ਚਿਹਰਾ ਜਮਾਂ ਲੋਕ ਕਹਿੰਦੇ ਤੇਰੇ ਵਰਗਾ ਆ 295। ਆਪਾਂ ਸੁਣਦੇ ਸੀ ਗਾਣੇ, ਕੋਈ ਆਪਣੇ ਸਿੱਧੂ ਮੂਸੇਵਾਲਾ ਨਾਲ ਨਹੀਂ ਰਹਿੰਦਾ ਸੀ, ਜਿਨ੍ਹਾਂ ਨੇ ਬਚਪਨ ਤੋਂ ਉਹਨਾਂ ਨੂੰ ਪਾਲਿਆ, ਜਿਨ੍ਹਾਂ ਨੇ ਪਾਲਿਆ ਸੀ ਉਹਨਾਂ ਨੂੰ ਉਹ ਛੱਡ ਕੇ ਗਿਆ, ਉਹਦਾ ਕਤਲ ਹੋਇਆ। ਯਾਰ ਉਹ ਰੋਂਦੇ ਫਿਰਦੇ ਆ ਔਰ ਜ਼ਿੰਦਗੀਆਂ। ਮੈਨੂੰ ਕੋਈ ਬੰਦਾ ਮੈਨੂੰ ਆਉਂਦਾ ਕਹਿੰਦਾ ਤੂੰ ਆਤਮਾ ਤੇ ਵਿਸ਼ਵਾਸ ਕਰਦਾ ਜਿਹੜੀਆਂ ਭਟਕਦੀਆਂ ਫਿਰਦੀਆਂ, ਮੈਂ ਕਿਹਾ ਹਾਂ। ਕਹਿੰਦਾ ਕਿੱਥੇ ਆ? ਮੈਂ ਕਿਹਾ ਸਿੱਧੂ ਮੂਸੇਵਾਲ ਦਾ ਮਾਂ ਬਾਪ। ਬੰਦੇ ਨੂੰ ਗੱਲ ਨਹੀਂ ਆਈ, ਪਰ ਉਹ ਮੇਰੀ ਗੱਲ ਨੂੰ ਬਾਅਦ ਚ ਮਜ਼ਾਕ ਚ ਲੈ ਗਏ ਸੀ, ਪਰ ਸੱਚਾਈ ਇਹ ਆ ਉਹ ਰੋਂਦੇ ਫਿਰਦੇ ਆ, ਉਹ ਰੋਂਦੇ ਫਿਰਦੇ ਆ, ਉਹਨਾਂ ਨੂੰ ਦੀਂਦਾ ਕੁਛ ਨਹੀਂ। ਉਹ ਜਿਹਦਾ ਕੱਲਾ ਕੱਲਾ ਪੁੱਤ ਦੁਨੀਆਂ ਤੋਂ ਗਿਆ ਹੋਵੇ, ਬਾਬਾ ਤੈਨੂੰ ਦੁੱਖ ਲੱਗੇ ਤਾਂ ਨਹੀਂ ਕਿਤੇ? ਮਹਾਰਾਜ ਲਾਵੇ ਨਾ ਜੇ, ਫਿਰ ਤੈਨੂੰ ਪਤਾ ਲੱਗੂਗਾ ਕਿ ਜਦੋਂ ਇੱਕ ਗੱਲ ਸੀ ਕਹਿੰਦੇ ਜਿਸ ਤਰ੍ਹਾਂ ਲੱਗੀਆਂ ਸੋਈ ਜਾਣੇ। ਬਾਬਾ ਤੇਰੇ ਲੱਗੀਆਂ ਨਹੀਂ ਗੀਆਂ, ਉਹਨਾਂ ਮਾਵਾਂ ਨੂੰ ਪੁੱਛ ਜਿਨ੍ਹਾਂ ਦੇ ਕੱਲੇ ਕੱਲੇ ਪੁੱਤ ਨਸ਼ਿਆਂ ਦੇ ਨਾਲ ਬਰਬਾਦ ਹੋਏ ਆ। ਅੱਜ ਜੇ ਬਠਿੰਡੇ ਦੀ ਗੱਲ ਕਰੀਏ, ਧੋਬੀਆਂ ਨਾਲ ਬਸਤੀ ਪੈਂਦੀ ਆ 1200-1300 ਘਰ, ਜਿਹੜਾ ਕੋਈ ਪੈਂਦਾ ਪੁੱਡਾ ਮਹਿਕਮਾ ਪੈਂਦਾ, ਔਰ ਜ਼ਮੀਨ ਬੜੀ ਮਹਿੰਗੀ ਲੱਗਦੀ ਆ। 40-45 ਸਾਲਾਂ ਤੋਂ ਉੱਥੇ ਲੋਕ ਬੈਠੇ ਆ, ਉਹਨਾਂ ਦੇ ਮਕਾਨ ਢਵਾ ਰਹੀ ਆ ਤੇਰੀ ਆਮ ਪਾਰਟੀ। ਮੈਨੂੰ ਉਦੋਂ ਤਾਂ ਤੂੰ ਸਰਕਾਰ ਨੂੰ ਕਿਹਾ ਨਹੀਂ ਵੀ ਆ ਲੈ ਬਾਈ ਚੱਪਣੀ ਫੜ ਆ ਪਾਓ ਪਾਣੀ ਇਹਦੇ ਚ, ਚਲੋ ਦੱਸੋ ਮੈਨੂੰ, ਅੱਜ ਮੈਨੂੰ ਇਹ ਗੱਲ ਦੱਸੋ। ਫਿਰ ਜਿੱਦੇ ਸੰਗਰੂਰ ਦੇ ਵਿੱਚ ਜਿਮਨੀ ਚੋਣ ਹੋ ਰਹੀ ਸੀ, ਸਿਮਰਜੀਤ ਮਾਨ ਜਿੱਤਿਆ ਸੀ, ਤੁਹਾਡੀ ਆਮ ਪਾਰਟੀ ਦੀ ਅਨਮੋਲ ਗਗਨ ਮਾਨ ਕੀ ਕਹਿੰਦੀ ਸੀ? ਕਹਿੰਦੀ ਪੰਜਾਬ ਸਾਡੇ ਤਾਂ ਰਾਜਧਾਨੀ ਆ, ਬਾਅਦ ਦੇ ਵਿੱਚ ਉੱਥੋਂ ਹਾਰ ਗਏ, ਇਹਨਾਂ ਨੂੰ ਤਾਂ ਚੱਪਣ ਕਿਸੇ ਨੇ ਫੜਾਇਆ ਨਹੀਂ। ਤੁਹਾਡੀ ਅਨਮੋਲ ਗਗਨ ਮਾਨ ਮੰਤਰੀ ਪੰਜਾਬ ਦੀ, ਮੰਤਰੀ ਸਾਡੀ ਵੀ ਪੰਜਾਬ ਦੀ ਆ, 5 ਮਿੰਟਾਂ ਚ MSP ਅਸਤੀਫਾ ਦਿਓ ਕੈਪਟਨ ਸਾਹਿਬ। ਤੇ ਜਦੋਂ ਇਹਨਾਂ ਦਾ ਵਿਧਾਨ ਸਾਹਿਬ ਚੋਂ ਬਿਆਨ ਹੁਣ ਸੁਣਿਆ, ਕਹਿੰਦੀ ਵੀਰਾ ਜੀ ਜਦੋਂ ਸੱਤਾ ਚ ਆਏ ਆ ਪਤਾ ਤਾਂ ਉਦੋਂ ਲੱਗਿਆ, ਤੇ ਹੁਣ ਫੜਾਓ ਕੋਈ ਚੱਪਣੇ ਨੂੰ। ਦੱਸੋ ਫਿਰ ਜੇ ਮੇਰੀ ਗੱਲ ਗਲਤ ਆ ਤਾਂ ਮੈਂ ਮਾਫ਼ੀ ਚਾਹੁੰਦਾ ਹੱਥ ਜੋੜ ਕੇ, ਬੀਬਾ ਜੀ ਮੈਂ ਕੁਝ ਗਲਤ ਨਹੀਂ ਕਹਿ ਰਿਹਾ, ਕਿਉਂਕਿ ਤੁਹਾਡੇ ਜਿਹੜੇ ਬੰਦੇ ਲੋਕਾਂ ਨੂੰ ਚੱਪਣ ਦੇ ਦੇ ਕੇ ਉਹ ਨੱਕ ਡੋਬ ਕੇ ਮਰਵਾਉਣ ਨੂੰ ਫਿਰਦੇ ਨਾ। ਬਾਬਾ ਬਲਕੌਰ ਸਿੰਘ ਜੀ, ਤੁਹਾਡੇ ਪੁੱਤ ਦਾ ਜਿਹੜਾ ਕਤਲ ਹੋਇਆ ਜਿਹੜਾ, ਉਹ ਤੁਸੀਂ ਜਾਣਦੇ ਹੋ। ਜਦੋਂ ਕੋਠੀ 'ਚ ਵੇਂਹਦਾ ਹੋਏਗਾ ਰੂਹਾਂ ਦੇ ਭੁਲੇਖੇ ਪੈਂਦੇ ਹੋਣਗੇ, ਕਦੇ ਮੇਰਾ ਪੁੱਤ ਆ ਟਰੈਕਟਰ 'ਤੇ ਸੀ, ਕਦੇ ਆਸ 'ਤੇ ਸੀ, ਇਹ ਦਰਦ ਤੂੰ ਹੀ ਜਾਣਦਾ। ਹੁਣ ਰਹੀ ਗੱਲ ਜਿਹੜਾ ਕਹਿੰਦਾ ਸੀ ਕਿ ਆਖਿਓ ਕੈਂਸਰ ਦਾ ਹੋਸਪਿਟਲ ਬਣਾ ਦੇ, ਸਰਕਾਰ ਕਿਉਂ ਨਹੀਂ ਬਣਾਉਂਦੀ? ਇਹਨੇ ਮਹੱਲਾ ਕਲੀਨਿਕ ਬਣਾਤੇ ਆ 92 ਕਰੋੜ ਰੁਪਈਏ ਦੇ, ਝਾਤੀ ਮਾਰ ਬਾਬਾ ਇੱਧਰ। ਤੂੰ ਦਿੰਦਾ ਫਿਰਦਾ ਚੱਪਣ ਘੁਮਿਆਰ ਬਣਿਆ ਫਿਰਦਾ ਨਾ ਭਾਂਡੇ ਵਾਲਾ, ਇੱਧਰ ਝਾਤੀ ਮਾਰ, ਮੈਂ ਤੈਨੂੰ ਦੱਸ ਦੇਵਾਂ, ਇੱਧਰ ਝਾਤੀ ਮਾਰ ਬਾਬਾ ਕਿੱਧਰ ਫਿਰਦਾ, ਚੱਪਣ ਸਾਥੋਂ ਲੈ ਤੈਨੂੰ ਅਸੀਂ ਦਿੰਦੇ ਚੱਪਣ, ਝਾਤੀ ਮਾਰ। 92 ਕਰੋੜ ਰੁਪਈਆ ਮਹੱਲਾ ਕਲੀਨਿਕਾਂ ਤੇ ਲਾਇਆ, ਹੋਸਪਿਟਲਾਂ 'ਚ ਅੱਜ ਵੀ ਲੋਕਾਂ ਦਾ ਇਲਾਜ ਨਹੀਂ ਹੋ ਰਿਹਾ। ਮੈਂ ਗੱਲ ਕਰਨੀ ਆ ਇਲਾਜ 'ਤੇ ਹੀ, ਪਰੂਫਾਂ ਦੇ ਆਧਾਰ 'ਤੇ ਕਰੂੰਗਾ। 27-28 ਸਾਲਾਂ ਦਾ ਬੰਦਾ ਜਿਹਦੀ ਰੀੜ੍ਹ ਦੀ ਹੱਡੀ ਦੇ ਵਿੱਚ ਨੁਕਸ ਪੈ ਗਿਆ ਸੀ, ਡਿੱਗਿਆ ਸੀ, ਕਿਸੇ ਹੋਸਪਿਟਲ ਨੇ ਹੱਥ ਨਹੀਂ ਪਾਇਆ ਸੀ, ਮੈਂ ਝੂਠ ਨਹੀਂ ਕਹੂੰਗਾ, ਸੱਚਾਈ ਹੈ, ਕਦਾ ਦਿਨ ਦਾ ਮੈਨੂੰ ਸਮਾਂ ਦੇ, ਕਿਸੇ ਹੋਸਪਿਟਲ ਨੇ ਹੱਥ ਨਹੀਂ ਪਾਇਆ। ਬਠਿੰਡਾ, ਬਠਿੰਡੇ ਮੇਰੇ ਸਾਹਿਬ ਉੱਥੇ ਵੀ ਸੀਗੇ, ਮਲੋਕਾ ਗਏ ਸੀ, ਗਿੱਦੜਬਾ ਵੀ, ਗਿੱਦੜਬਾ, ਫਰੀਦਕੋਟ, ਤੇ ਜਦੋਂ ਚੰਡੀਗੜ੍ਹ ਲੈ ਕੇ ਜਾ ਰਹੇ ਸੀ ਰਸਤੇ 'ਚ ਉਹਦੀ ਮੌਤ ਹੋ ਗਈ ਸੀ। 2 ਕੁੜੀਆਂ ਸੀ, 27-28 ਸਾਲ ਦੀ ਉਮਰ, ਡਾਕਟਰ ਕਿਸੇ ਨੇ ਹੱਥ ਨਹੀਂ ਪਾਇਆ, ਚੂਕਦਾ ਰਿਹਾ ਉੱਥੇ। ਮੈਨੂੰ ਪੁੱਛ ਹੁਣ ਪੱਕਾ ਪਤਾ, ਮੈਨੂੰ ਪਤਾ ਕਿਉਂ ਆ, ਜਿਹੜਾ ਮੁੰਡਾ ਮੇਰੇ ਨਾਲ ਵੀਡੀਓ ਬਣਾ ਰਿਹਾ ਉਹ ਇਹਦਾ ਜੀਜਾ ਸੀ, ਸਕਾ, ਝੂਠ ਤਾਂ ਨਹੀਂ ਕਹਿ ਰਿਹਾ, ਪੂਰਾ ਹਾਮੀ ਭਰ ਦੇ ਵਿੱਚ। ਹਾਂਜੀ, ਇਹ ਪਿਛਲੇ ਹਫ਼ਤੇ ਦੀ ਗੱਲ ਆ, ਕੋਈ ਬਹੁਤੀ ਨਹੀਂ। ਅਸੀਂ ਤਾਂ ਚੱਪਣ ਤੇਰੀ ਸਰਕਾਰ ਨੂੰ ਦਿੱਤਾ ਨਹੀਂ ਵੀ ਆ ਲੋ ਚੱਕੋ ਚੱਪਣ, ਚੱਪਣ ਦੇਣਾ ਤਾਂ ਬਾਬਾ ਇਸ ਸਰਕਾਰ ਨੂੰ ਦੇ। 18,37,467 ਰੁਪਈਆਂ ਦੇ ਇੱਕ ਮਹੱਲਾ ਕਲੀਨਿਕ ਬਣਾਇਆ ਤੇਰੇ ਮੁੱਖ ਮੰਤਰੀ ਪਿਆਰੇ ਨੇ, ਇਸ ਪਿਆਰੇ ਮੁੱਖ ਮੰਤਰੀ ਨੇ 500 ਮਹੱਲਾ ਕਲੀਨਿਕ ਬਣਾਏ ਆ ਤੇ ਬੈਨਰ ਵੱਡੇ ਲਵਾਏ ਆ, ਪਹਿਲੇ 117 ਦੇ ਕਲੀਨਿਕ ਮਹੱਲਾ ਦੇ ਲਵਾਤੇ, ਫਿਰ 500 ਦੇ ਲਵਾਤੇ। ਉਹ ਦਿੱਲੀ ਤੋਂ ਆਇਆ ਮੇਰਾ ਵੀਰ ਜਿਹੜਾ 10 ਕਿਲੋ ਦੀ ਲਾ ਕੇ ਐਨਕ ਸਿੱਟੀ ਗਿਆ ਗੱਪ, 1000 ਰੁਪਈਆ ਕਿੱਥੇ ਆ?
ਪਹਿਲਾ ਨੰਬਰ ਤਾਂ ਯਾਰ ਯੂ ਰੁਪਿਆ ਨਹੀਂ ਖਾਤਿਆਂ ਚ ਆਉਣਾ ਚਾਹੀਦਾ, ਪਰ ਇਹ ਵਾਅਦਾ ਕਰਦੇ ਸੀ ਇਹਨਾਂ ਦਾ ਤੂੰ ਚੱਪਣ ਦਿੱਤਾ ਨੀ ਬਾਬਾ। ਯਾਰ ਕਿਸੇ ਦਾ ਧੀ ਪੁੱਤ ਗਿਆ ਜਵਾਨ ਪੁੱਤ, ਤੇਰੀ ਉਮਰ ਵੇਖ ਕੇ ਮੈਨੂੰ ਲੱਗਦਾ ਵੀ ਤੂੰ ਸੁਲਝਿਆ ਹੋਇਆ ਬੰਦਾ, ਪਰ ਤੂੰ ਆ ਭਾਂਡੇ ਵੇਚਦਾ ਚੰਗਾ ਨੀ ਲੱਗਦਾ। ਲੱਗੀ ਸਮਝ ਕੇ ਨਹੀਂ ਲੱਗੀ? ਤੇ ਜੇਕਰ ਬਾਹਲਾ ਤੈਨੂੰ ਦੁੱਖ ਆਉਂਦਾ ਤਾਂ ਚੱਪਣ ਤੁਹਾਡੇ ਘਰੇ ਹੋਊਗਾ ਭਾਈ। ਅੱਜ ਕੱਲ ਚੱਪਣਾਂ ਦੀ ਕਾਹਦੀ ਲੋੜ, ਪਾਣੀ ਇਹਨੇ ਬਰਬਾਦ ਕਰਾਤਾ, ਜੌੜੀਆਂ ਨਹਿਰਾਂ ਚੋਂ ਜਿਹੜਾ ਐਡੇ ਮੋਟੇ ਪੰਨੇ ਪਵਾਤੇ ਆ ਪਾਣੀ ਨਾਲ ਨਹਿਰਾਂ ਦੇ ਖਾਰਾ ਹੁੰਦਾ ਜਾਂਦਾ, ਤੂੰ ਗੱਲਾਂ ਕਿੱਧਰ ਦੀਆਂ ਕਰਦਾ? ਝੂਠ ਤਾਂ ਨੀ ਕਹਿ ਰਿਹਾ ਬਾਬਾ ਮੈਂ? ਭਾਂਡੇ ਵੇਚਣੇ ਬੰਦ ਕਰ, ਸੋਚਣ ਸ਼ਕਤੀ ਜਗਾਓ, ਕਿਸੇ ਪਾਰਟੀ ਦੀਆਂ ਗੱਲਾਂ ਵਿੱਚ ਨਾ ਤੁਸੀਂ ਪੰਜਾਬ ਦੀ ਗੱਲ ਕਰੋ, ਯਾਦ ਰੱਖੋ ਗੱਲ, ਸਿਹਤ ਸਿੱਖਿਆ ਰੁਜ਼ਗਾਰ ਦੀ ਗੱਲ ਕਰੋ। ਸਿੱਧੂ ਮੂਸੇਵਾਲੇ ਦੇ ਬਾਪ ਕੋਲ ਜਿਹੜਾ ਸਿੱਧੂ ਮੂਸੇਵਾਲੇ ਦਾ ਪੈਸਾ, ਉਹਦੀ ਮਰਜ਼ੀ ਆ ਵੀ ਉਹਨੇ ਕੀ ਬਣਾਉਣਾ ਕੀ ਨਹੀਂ ਬਣਾਉਣਾ, ਤੇ ਤੂੰ ਆਪਦੀ ਜ਼ਮੀਨ ਵੇਚ ਕੇ ਜਿਹੜੀ ਤੇਰੀ ਕੋਈ ਪੁਰਖਿਆਂ ਦੀ ਜ਼ਮੀਨ ਹੋਊਗੀ। ਆਹ ਤੇਰਾ ਭਗਵੰਤ ਮਾਨ ਨੇ ਤਾਂ ਪੰਜਾਬ ਦਾ ਮੁੱਖ ਮੰਤਰੀ ਬਣਿਆ, ਇਹਦਾ 3 ਲੱਖ ਦੇ ਬੂਟ ਲਿਆ ਆ ਜਿਹੜੇ ਇਹਦੇ। ਮੈਨੂੰ ਦੱਸੋ ਤੁਸੀਂ, ਜਿਹੜੇ ਕਦੇ ਬੂਟ ਪਾਉਂਦੇ ਹੁੰਦੇ ਸੀ 300-400 ਵਾਲੇ, ਗਰੀਬ ਘਰੋਂ ਸੀ ਇਹ ਵੀ, 25,000 ਰੁਪਏ ਨਾਲ ਇਹਦੀ ਮਾਤਾ ਪੈਨਸ਼ਨ ਨਾਲ ਗੁਜ਼ਾਰਾ ਕਰਦੀ ਸੀ। ਅੱਜ ਸੋਨਾ ਵੱਖਰਾ, ਗੱਡੀਆਂ ਵੱਖਰੀਆਂ, ਗੰਨ ਚਲੋ ਤਾਂ ਪ੍ਰੋਟੋਕਾਲ ਚ ਕਹਿ ਦੋਗੇ ਤੁਸੀਂ, ਸੋਨਾ ਤਾਂ ਕੋਈ ਪ੍ਰੋਟੋਕਾਲ ਚ ਨਹੀਂ ਨਾ ਆਉਂਦਾ। ਜਿਹੜੀ ਇਹਦੀ ਵਾਈਫ ਦੇ ਜੁੱਤੀ ਪਾਈ ਆ, ਲਗਭਗ 1.5-2 ਲੱਖ ਦੇ ਸੈਂਡਲ ਉਹ ਆ, ਇਹਨਾਂ ਨੂੰ ਤਾਂ ਬਾਬਾ ਯਾਰ ਤੂੰ ਉਹ ਦਿੱਤਾ ਨੀ ਚੱਪਣ ਤੇਰਾ, ਇਹਨਾਂ ਨੂੰ ਕਿਉਂ ਨੀ ਵੇਚਿਆ? ਬਲਕੌਰ ਸਿੰਘ ਜੀ ਨੂੰ ਵੇਚੀ ਜਾਂਦਾ, ਉਹ ਤਾਂ ਮਰਿਆ ਪਿਆ, ਬਲਕੌਰ ਸਿੰਘ ਜਾਉਂਦਾ ਨੀ ਗਾ, ਉਹ ਇੱਕ ਸਿਰਫ ਸਰੀਰ ਭੜਕਦਾ ਫਿਰਦਾ ਉਹਦਾ, ਤੁਸੀਂ ਸਮਝਦੇ ਕਿਉਂ ਨੀ ਗੱਲ? ਉਹ ਵੈਸੇ ਹੀ ਆ, ਕਦੇ ਉਹਦੀ ਮਾਂ ਦੇ ਕੋਲ ਜਾ ਕੇ ਬੈਠੋ ਜੀ, ਹਲੇ ਮੇਰੀ ਤਾਂ ਕੋਈ ਬੈਠਕ ਨਹੀਂ ਹੋਈ ਉਹਨਾਂ ਦੇ ਨਾਲ, ਪਰਮਾਤਮਾ ਨੇ ਚਾਹੇ ਤਾਂ ਬਹੁਤ ਜਲਦ ਹੋਊਗੀ। ਉਹ ਇੱਕ ਜਿਵੇਂ ਕਹਿ ਲਾ ਮੂਰਤੀ, ਇੱਕ ਬਸ ਉਹ ਇੱਕ ਮਿੱਟੀ ਦੀ ਮੂਰਤੀ ਕਹਿ ਦਿੰਦੇ ਆਪਾਂ, ਉਹ ਮੂਰਤੀਆਂ ਬੋਲਣ ਵਾਲੀਆਂ ਦੋ, ਇਹ ਤਾਂ ਮਰੇ ਪਏ ਆ, ਇਹ ਤਾਂ 29 ਮਈ 2022 ਦੇ ਮਰੇ ਪਏ ਆ, ਕਿਉਂ ਨੀ ਸਮਝਦੇ ਗੱਲ? ਮਰਨਾ ਇਹ ਛੱਡੋ ਗੱਲ ਬਾਬਾ, ਤੂੰ ਆਪਣੇ ਚੱਪਣ ਚੁੱਪਣ ਕਿਤੇ ਹੋਰ ਵੇਚ ਜਾ ਕੇ, ਤੇਰੇ ਇੱਥੇ ਨਹੀਂ ਖਰੀਦੇ ਜਾਣੇ। ਉਹ ਤਾਂ ਪਹਿਲੇ ਚੱਪਣਾਂ ਦੀ ਕੀ ਲੋੜ ਆ? ਸਰਕਾਰ ਨੂੰ ਮਰਨਾ ਚਾਹੀਦਾ ਚੱਪਣਾਂ ਦੇ ਵਿੱਚ ਤਾਂ, ਜਿਹੜਾ ਉਹਦੇ ਉਹ ਇੱਥੇ ਕਹਿੰਦੇ ਲਿਆਉਣ ਆਰਡਰ ਸਾਡਾ ਇਹੋ ਜਿਹਾ ਜੀ, ਕਾਨੂੰਨ ਵਿਵਸਥਾ ਸਾਡੀ ਬੜੀ। ਸਿੱਧੂ ਮੂਸੇਵਾਲੇ ਦਾ ਬਾਪ ਕਹਿ ਦੇ ਵੀ ਕਾਨੂੰਨ ਵਿਵਸਥਾ ਸਹੀ ਆ, ਮੈਂ ਮੰਨ ਲੂਗਾ, ਯਾਦ ਰੱਖੋ ਗੱਲ। ਤੇ ਜੇਕਰ ਭਗਵੰਤ ਮਾਨ ਜੀ ਮੈਂ ਕੁਝ ਗਲਤ ਕਿਹਾ ਹੋਵੇ, ਭਾਂਡੇ ਭੁੰਡੇ ਜਾਂ ਮੈਂ ਵੇਚੇ ਨਹੀਂ ਗਏ ਵੈਸੇ ਚੱਪਣ ਵਾਲੇ, ਮੈਂ ਤਾਂ ਬਾਬੇ ਨੂੰ ਕਿਹਾ ਵੀ ਚੱਪਣ ਉਹਨਾਂ ਨੂੰ ਦੇ ਦਿੰਦਾ, ਦੱਸਾਂ 12 ਰੁਪਈਆਂ ਦਾ ਚੱਪਣ ਅੱਜ ਕੱਲ, 15 ਦਾ ਚੱਪਣ ਤੁਹਾਨੂੰ ਦੇ ਦਾਂ, ਮੈਂ ਤਾਂ ਚੱਪਣ ਦੀ ਗੱਲ ਕੀਤੀ, ਮੈਂ ਤੁਹਾਨੂੰ ਕੁਛ ਨਹੀਂ, ਤੁਸੀਂ ਰਾਜੇ ਮਹਾਰਾਜ ਬੰਦੇ ਮਹਾਰਾਜਾ ਸਟੋਰ ਜੀ, ਅਸੀਂ ਤੁਹਾਡੇ ਪੈਰਾਂ ਵਰਗੇ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।